26 तरीक नूं इत्थों गया गुरदासपुर तों ते 26 तरीक जा के 27 नूं दी फ्लाइट सी ते 27 नूं 28 नूं इह पुज गया वैनकूवर। डेली गल करदा सी वी सवेरे शाम 19 तरीक दी राती सवेरे भी गल कीती शामी भी गल कीती आ। शामी जदों मतलब इह सुते आ राती खाना खा के सुते आ ते उस तों बाद मतलब कि सवेरे उह मुंडा ठालण गया वा ते उदों इह मतलब उठिया नहीं कहिंदे वी मतलब डेड सी। एम बी ए की पढ़ाई करने वास्ते इनकी एडमिशन हुई थी यूनिवर्सिटी ऑफ वैनकूवर च। 26 तरीक नूं इत्थों गया गुरदासपुर तों ते 26 तरीक नूं जाके 27 नूं दी फ्लाइट सी ते 27 नूं 28 नूं इह पुज गया वैनकूवर ते उत्थों अगे मतलब कि इह सरी चल गया। उत्थे मेरे फ्रेंड सी ते उन्हां दे अगे सोर्स सी उह लै गए इहनूं आण के ते उत्थे रे करदा सी क्लासां जॉइन कर दित्तियां सी अपनियां जिहड़ियां ते ऑनलाइन क्लासां लग रहियां सी। 19 तरीक नूं अगे साडे नाल डेली गल करदा सी वी सवेरे शाम 19 तरीक दी राती सवेरे भी गल कीती शामी भी गल कीती आ। शामी जदों मतलब इह सुते आ राती खाना खा के सुते आ ते उस तों बाद मतलब कि सवेरे उह मुंडा ठालण गया वा ते उदों इह मतलब उठिया नहीं कहिंदे वी मतलब डेड सी ते सानूं पता लगा ते अही मतलब कि उदन दे इही उत्ते संपर्क कीता। चलो मेरे बहुत खास दोस्त ही उन्हां दे सहयोग दे नाल इह जिहड़ी आ बॉडी जिहड़ी आ ਉਹ ਮਤਲਬ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਮਿਸਟਰ ਰਾਜਵਿੰਦਰ ਸਿੰਘ ਮੇਰੇ ਫਰੈਂਡ ਸੀ ਉੱਥੇ ਮਾਨ ਉਹਨਾਂ ਦੀ ਸਰਕਾਰ ਸਾਨੂੰ ਬੋਡੀ ਜਿਹੜੀ ਆ ਉਹ ਹਫ਼ਤੇ 10 ਦਿਨ ਦੇ ਵਿੱਚ ਉੱਥੋਂ ਉਹਦੀ ਵੀ ਸਾਡੇ ਕੋਲ ਪੁੱਜੀ ਅਤੇ ਅੱਜ ਅਸੀਂ ਸੰਸਕਾਰ ਕੀਤਾ। ਕੋਈ ਸਰਕਾਰਾਂ ਵੱਲੋਂ ਤਾਂ ਨਹੀਂ ਕੋਈ ਮਤਲਬ ਨਹੀਂ ਨਹੀਂ ਕੋਈ ਸਰਕਾਰ ਵੱਲੋਂ ਕੋਈ ਨਹੀਂ ਸਰਕਾਰ ਵੱਲੋਂ ਵੀ ਸੰਨੀ ਦਿਓਲ ਜਿਹੜੇ ਸੀ ਉਹਨਾਂ ਦਾ ਜਿਹੜਾ OSD ਆਪਣਾ ਅਸ਼ੋਕ ਚੋਪੜਾ ਜੀ ਉਹਨਾਂ ਨੇ ਸਾਡੀ ਇਸ ਅੰਬੈਸੀ ਵਗੈਰਾ 'ਚ ਜਾਂ ਸਾਨੂੰ ਪਾਸਪੋਰਟ ਦਵਾਉਣ 'ਚ ਅਸੀਂ ਪਹਿਲਾਂ ਸਾਡਾ ਜਾਣ ਦਾ ਪ੍ਰੋਗਰਾਮ ਵੀ ਉਹਦੇ 'ਚ ਸਾਡੀ ਉਹਨਾਂ ਨੇ ਮਦਦ ਕੀਤੀ ਚੋਪੜਾ ਜੀ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡਾ ਜਿੰਨਾ ਵੀ ਅਸੀਂ ਉਹਨਾਂ ਨੂੰ ਕੰਮ ਕਿਹਾ ਵੈਨਕੂਵਰ ਦੀ ਇੰਡਸਟਰੀ 'ਚ ਵੀ ਉਹਨਾਂ ਨੇ ਸਾਡੀ ਮਤਲਬ ਵੀ ਪਹੁੰਚ ਕੀਤੀ ਆ। ਠੀਕ ਹੈ ਮੈਂ ਇਸਲਾਮਾਬਾਦ ਮੁਹੱਲੇ ਦਾ ਵਸਨੀਕ ਹੈ। ਸਾਡੇ ਮੁਹੱਲੇ ਦੇ ਵਿੱਚ ਬਹੁਤ ਦਰਦਨਾਕ ਘਟਨਾ ਹੋਈ ਆ। ਸਾਡੇ ਪਰਮ ਮਿੱਤਰ ਅਸ਼ਨੀ ਕੁਮਾਰ ਜੀ ਨੇ ਅਸ਼ਨੀ ਮਹਿਰਾ ਜੀ ਇਹਨਾਂ ਦੇ ਬੇਟੇ ਰਜਤ ਮਹਿਰਾ ਜੀ ਜਿਨ੍ਹਾਂ ਦੀ ਕਿ ਬੜੀ ਦੁਖਦਾਈ ਘਟਨਾ ਹੋਈ ਆ। ਕੈਨੇਡਾ ਦੇ ਵਿੱਚ ਉਹ 1 ਜੁਲਾਈ ਦੇ ਕਰੀਬ ਗਏ ਸੀਗੇ ਅਤੇ 20 ਜੁਲਾਈ ਨੂੰ ਰਾਤ ਨੂੰ ਉਹ ਸੁੱਤੇ ਨੇ ਔਰ ਸਵੇਰੇ ਉੱਠ ਨਹੀਂ ਸਕੇ। ਅਨਮੈਰਿਡ ਬੱਚਾ ਵਾ, 6 ਫੁੱਟ ਦਾ ਕੱਦ, ਜਵਾਨ ਔਰ ਐਡਾ ਲਾਡਲਾ ਔਰ ਇੰਨਾ ਬੱਚਾ ਪੜ੍ਹਿਆ ਲਿਖਿਆ। ਮਰਚੈਂਟ ਨੇਵੀ ਦੇ ਵਿੱਚ ਇਹਨੇ 3-4 ਸਾਲ ਨੌਕਰੀ ਕੀਤੀ, ਉੱਧਰੋਂ ਛੱਡ ਕੇ ਹੁਣ ਇਹ ਜਿੱਦ ਫੜੀ ਸੀ ਮੈਂ ਬਾਹਰ ਜਾਣਾ ਅਤੇ ਬਾਹਰ ਵੀ ਅਚਾਨਕ ਡੈਥ ਹੋ ਗਈ ਆ। ਸਾਰੇ ਮੁਹੱਲੇ 'ਚ ਕੀ ਸਾਰੇ ਸ਼ਹਿਰ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਆ ਉਹ ਛਾਈ ਪਈ ਆ। ਅੱਜ ਰਾਤ ਨੂੰ ਇਹਦੀ ਸਵੇਰੇ ਤੜਕ 2:30 ਇੱਥੇ ਬਾਡੀ ਆਈ ਆ। ਅਸੀਂ ਇਸ ਵੇਲੇ ਸ਼ਮਸ਼ਾਨ ਘਾਟ ਚਾਨਣ ਸ਼ਾਹ ਦੀਆਂ ਮੜੀਆਂ ਗੁਰਦਾਸਪੁਰ ਦੇ ਵਿੱਚ ਖੜ੍ਹੇ ਹਾਂ। ਸਾਰੇ ਸ਼ਹਿਰ ਦੀ ਲੀਡਰਸ਼ਿਪ, ਸਾਡੇ ਹੈਲਥ ਸਿਸਟਮ ਦੇ ਚੇਅਰਮੈਨ ਰਮਨ ਬੈਲ ਜੀ ਇੱਥੇ ਨੇ, ਸਾਡੇ ਲੋਕਲ MLA ਦੇ ਫਾਦਰ ਗੁਰਮੀਤ ਸਿੰਘ ਪਾੜਾ ਜੀ ਇੱਥੇ ਨੇ, ਬਾਬੇ ਅਲੀ ਸਾਹਿਬ ਦੇ ਬੇਟੇ ਅਮਰਜੋਤ ਜੀ ਇੱਥੇ ਨੇ, ਉਹਨਾਂ ਦੇ ਨਾਲ PA ਉਹਨਾਂ ਦੇ ਕਮਲ ਜੀ ਆਏ ਨੇ। ਸਾਰਾ ਸ਼ਹਿਰ ਦੇ ਜੋ ਸਮਾਜਿਕ ਜਥੇਬੰਦੀਆਂ NGO ਸਾਰੀਆਂ ਇਸ ਦੁੱਖ ਦੇ ਘੜੀ ਦੇ ਵਿੱਚ ਅਸ਼ਨੀ ਕੁਮਾਰ ਮਹਿਰਾ ਜੀ ਦੇ ਪਰਿਵਾਰ ਦੇ ਨਾਲ ਇਸ ਲਈ ਸਹਿਮਤ ਨੇ ਅਤੇ ਮਹਾਰਾਜ ਅੱਗੇ ਦੁਆ ਕਰਨੇ ਵੀ ਮਹਾਰਾਜ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇ ਅਤੇ ਪਿੱਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਬਾਬੂ ਅਸ਼ਨੀ ਕੁਮਾਰ ਰਿਟਾਇਰਡ ਹੈੱਡ ਮਾਸਟਰ ਮੇਰੇ ਜਮਾਤੀ ਨੇ, ਅਸੀਂ ਇਕੱਠੇ ਪੜ੍ਹੇ ਹਾਂ ਅਤੇ ਮੇਰਾ ਨਾਲ ਬਹੁਤ ਪਿਆਰ ਆ। ਬੱਚੇ ਮੇਰੇ ਬੱਚਿਆਂ ਵਰਗੇ ਨੇ। ਇਹ ਇੱਥੋਂ 26 ਤਰੀਕ ਨੂੰ ਗਿਆ, 28 ਨੂੰ ਉੱਥੇ ਪਹੁੰਚਿਆ ਮੁੰਡਾ। BTECH ਇਹਨੇ ਕੀਤੀ ਸੀ, MBA ਵਾਸਤੇ ਉੱਥੇ ਪਹੁੰਚਿਆ, ਕਲਾਸਾਂ ਸ਼ੁਰੂ ਹੋ ਗਈਆਂ। ਅਚਾਨਕ ਹੀ 19 ਤਰੀਕ ਨੂੰ ਟੈਲੀਫੋਨ ਆ ਗਿਆ ਕਿ ਉਹ ਰਾਤ ਸੁੱਤਾ, ਸਵੇਰੇ ਉੱਠਿਆ ਨਹੀਂ। ਮੈਂ ਕਿਹਾ ਜਿਹੜਾ ਮੁੰਡਾ ਨਾਲ ਰਹਿੰਦਾ ਉਹਦੇ ਨਾਲ ਗੱਲ ਕਰਾਂ, ਮੇਰੇ ਨਾਲ ਹੀ ਗੱਲ ਹੋਈ।
उन्हें मैं दसिया कहते रात 11 बजे तक अं बैठे रहे गल करते रहे ही मेरे अपने मंजे सौ गया मैं अपने सौ गया सवेरे मैं उठा लिया चाह पी ला ये उठाया नहीं उन्हें हॉस्टल इंचार्ज नहीं दसिया हॉस्टल खिला ली है किन्ने दिनों बाद बॉडी आई जी 16 दिन लग गए जी बॉडी लिया वास्ते पहला तो प्रोग्राम बनाया कि उत्थे जाके तो वड्डा भरा चल जूगा राजा उत्थे जाके संस्कार कराऊगा बाद मेरा उत्थे टेलीफोन किया गुरद्वारा साहब उत्थे ग्रंथी ने भाई मनजीत सिंह जी उन्होंने फिर जिहड़ा सारा प्रबंध करके नाल मान साहब सीगे उन्होंने ही सारा जिहड़ा उपराला किया बॉडी जिहड़ी इत्थे भेजी है असीं उन्हां दे वी धन्नवादी हाँ जिहड़ी है गुरद्वारा दशमेश दरबार की संगत ने उतों सारा उन्होंने उपराला करके जरा इतने भेजा सरकार ने भी इनफॉर्म किया लेकिन सरकार वालों कोई जरा सहयोग नहीं किसी ने दिता ये उतों के गुरद्वारा दशमेश दरबार सरी वाल ने कृपा की है सहयोग दिता कनेडा सरी गुरद्वारा दशमेश दरबार उतों का ग्रंथी भाई मनजीत सिंह जी तो सरदार मान साहब ने उन्होंने जरा सारा उपराला करके उन्होंने उत्तर इनान कराया उतों उन्होंने सारा बैच करके सू भेजे अभी उन्होंने धन्यवादी हैं छुटकारा प्यार च धोखा खोया प्यार वापस पाउणा कर्जा मुक्ति तलाक केस विदेश यात्रा जां पीआर लाटरी नंबर पाओ 649 होवे चार लोटो मैक्स दुखी भैन भरा एक बार जरूर संपर्क करो मैं तुहाडा प्यार टुटन नहीं देवांगा गुरु जी बंगाली 98 157 20 027